ਸਤਿਗੁਰਾਂ ਦੀ ਬੜੀ ਅਪਾਰ ਕਿਰਪਾ ਹੋਈ ਹੈ ਸੰਧਿਆ ਦੇ ਦੀਵਾਨਾਂ ਦੇ ਵਿੱਚ ਸੋਦਰ ਚੌਂਕੀ ਦੇ ਵਿੱਚ ਸਤਿਗੁਰ ਪਾਤਸ਼ਾਹ ਕਲਯੁਗ ਮਹਿ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂਵਾਕਾਂ ਅਨੁਸਾਰ ਆਪਣੀ ਸ਼ੀਤਲ ਬਾਣੀ ਨਾਲ ਸਾਡੇ ਤਪਦੇ ਹਿਰਦਿਆਂ ਨੂੰ ਠਾਰ ਰਹੇ ਹਨ। ਆਓ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਸਤਿਗੁਰਾਂ ਦੇ ਭੈ ਨੂੰ ਮੁੱਖ ਰੱਖਦੇ ਹੋਏ ਹਾਂ। ਸਾਵਧਾਨ ਹੋ ਕਰ ਬੈਠੀਏ, ਨਿਤਰਾ ਨੂੰ ਬੰਦ ਕਰੀਏ, ਇੱਕ ਮਨ ਇੱਕ ਚਿੱਤ ਹੋ ਕੇ ਸ਼ਬਦ ਨੂੰ ਸੁਰ ਦੇ ਨਾਲ ਜੋੜੀਏ, ਰਸਨਾ ਨੂੰ ਪਵਿੱਤਰ ਕਰੀਏ। ਜੀ ਗੱਜ ਕੇ ਆਖੀਏ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ। ਦਸਮ ਪਾਤਸ਼ਾਹ ਦੀ ਬਾਣੀ ਸਵਈਆਂ ਦੇ ਵਿੱਚ ਪਾਤਸ਼ਾਹ ਫਰਮਾਉਂਦੇ ਹਨ, ਜਿਨ ਪ੍ਰੇਮ ਕੀਓ ਤਿੰਨ ਹੀ ਪਾਇਓ। ਦੀਨ ਦੁਨੀਆਂ ਦੇ ਮਾਲਕ ਨਿਰੰਕਾਰ ਪ੍ਰਭੂ ਧਨ ਦੌਲਤ ਸ਼ੌਹਰਤ ਦੇ ਭੁੱਖੇ ਨਹੀਂ। ਭਾਈ ਗੁਰਦਾਸ ਜੀ ਕਹਿੰਦੇ, ਗੋਬਿੰਦ ਭਾਉ ਭਗਤ ਦਾ ਭੁੱਖਾ। ਕਹਿੰਦੇ ਉਹ ਦੁਨੀਆ ਨੂੰ ਪਾਣ ਵਾਲਾ ਕਾਲ ਪੁਰਖ, ਉਹ ਭਾਵਨਾ ਅਤੇ ਪ੍ਰੇਮ ਦਾ ਭੁੱਖਾ ਹੈ। ਜਦੋਂ ਤੁਹਾਡਾ ਟੇਕ ਤੁਹਾਡਾ ਭਰੋਸਾ ਉਸ ਅਕਾਲ ਪੁਰਖ 'ਤੇ ਟਿਕ ਜਾਵੇਗਾ ਅਤੇ ਦੀਨ ਦੁਨੀਆ ਦੇ ਮਾਲਕ ਦੀ ਝੋਲੀ ਦੇ ਵਿੱਚ ਤੁਹਾਨੂੰ ਸਦਾ ਲਈ ਅਰਪਣ ਕਰ ਲੈਣਗੇ। ਗੱਜ ਕੇ ਆਖੋ ਸਤਨਾਮ। ਐਸੇ ਪ੍ਰੇਮ ਕਰਨ ਵਾਲੇ ਬੜੇ ਹੀ ਇਤਿਹਾਸ ਦੇ ਵਿੱਚ ਬੜੇ ਨਾਮ ਆਉਂਦੇ ਹਨ। ਖਾਸ ਕਰ ਸਿੱਖ ਇਤਿਹਾਸ ਦੇ ਵਿੱਚ ਐਸੀਆਂ ਮਹਾਨ ਬੀਬੀਆਂ ਹੋਈਆਂ ਹਨ, ਜਿਸ ਤਰ੍ਹਾਂ ਕੱਲ੍ਹ ਸਰਵਣ ਕੀਤਾ ਸੀ ਬੀਬੀ ਭਾਨੀ ਜੀ ਦਾ ਇਤਿਹਾਸ, ਆਪ ਸਮੂਹ ਸੰਗਤਾਂ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਸੀ। ਗੁਰਸਵਾਰੀ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਜਗਤ ਮਾਤਾ ਦਾ ਇੱਕ ਨਾਮ ਆਉਂਦਾ ਹੈ, ਜਿਨ੍ਹਾਂ ਨੂੰ ਮਾਤਾ ਗੁਜਰ ਕੌਰ ਕਿਹਾ ਜਾਂਦਾ। ਸਤਨਾਮ। ਮਾਤਾ ਗੁਜਰੀ ਦੀ ਸੇਵਾ, ਸਿਮਰਨ, ਸਹਿਣਸ਼ੀਲਤਾ, ਸਹਿਜ ਦੇ ਪੁੰਜ ਅਤੇ ਅਮਰ ਸ਼ਹੀਦ ਹੋਏ ਹਨ। ਗੱਜ ਕੇ ਆਖੋ ਸਤਨਾਮ। ਕਈ ਇਤਿਹਾਸ ਕਰਨਾ, ਮਾਫ ਕਰਨਾ, ਆਪਣੀਆਂ ਕਲਪਨਾਵਾਂ ਨਾਲ ਲਿਖੀ ਜਾਂਦੇ ਨੇ ਵੀ ਮਾਤਾ ਗੁਜਰੀ ਨੇ ਹੁੰਡੇ ਬੋਟੇ ਤੋਂ ਛਾਲ ਲਗਾ ਦਿੱਤੀ ਸੀ। ਨਹੀਂ, ਗੁਰੂ ਗੁਰੂ ਸਵਾਰੀ ਸਾਧ ਸੰਗਤ ਜੀ, ਮਾਤਾ ਜੀ ਦਾ ਜੀਵਨ ਨਾ ਬੜਾ ਪਰਪੱਕਤਾ ਵਾਲਾ ਸੀ। ਪਹਿਲੀ ਗੱਲ ਤਾਂ ਇੰਨੀਆਂ ਵਾਧੀਆਂ ਕਿੱਥੋਂ ਮਿਲਦੇ ਨੇ, ਇੱਕ ਸ਼ਹੀਦ ਦੀ ਪਤਨੀ, ਇੱਕ ਸ਼ਹੀਦ ਦੀ ਮਾਂ ਅਤੇ ਸ਼ਹੀਦ ਪੋਤਿਆਂ ਦੀ ਦਾਦੀ ਮਾਂ ਅਤੇ ਸ਼ਹੀਦ ਭਰਾ ਦੀ ਭੈਣ। ਗੱਜ ਕੇ ਆਖੋ ਸਤਨਾਮ। ਇੰਨੀਆਂ ਪਰਿਵਾਰ ਦੇ ਵਿੱਚ ਸ਼ਹੀਦੀਆਂ ਹੋਣੀਆਂ ਕਿ ਮਨ ਡੁੱਲ ਜਾਵੇਗਾ, ਛਾਲ ਮਾਰ ਦੇਣਗੇ, ਨਹੀਂ ਕਦਾ ਚਿੱਤ ਵੀ ਨਹੀਂ। ਗੱਜ ਕੇ ਆਖੋ ਸਤਨਾਮ। ਅਭਿਆਸ ਹੀ ਇੰਨਾ ਸੀ, ਜਦੋਂ ਸੇਵਾ ਅਤੇ ਸਿਮਰਨ ਦੇ ਵਿੱਚ ਜੁੜ ਕੇ ਬੈਠ ਗਈ, ਨਾਲ ਦੀ ਨਾਲ ਆਪਣੇ ਉਸ ਨੇ ਪ੍ਰਾਣ ਤਿਆਗ ਦਿੱਤੇ। ਗੱਜ ਕੇ ਆਖੋ ਸਤਨਾਮ। ਐਸੇ ਹਨ ਗੁਰੂ ਦੇ ਪਿਆਰੇ, ਇਹ ਮਰਨ ਦੇ ਜੀਵਨ ਉਹਨਾਂ ਦੇ ਹੱਥ ਵਿੱਚ ਹੁੰਦਾ ਹੈ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ। ਗੱਜ ਕੇ ਆਖੋ ਸਤਨਾਮ। ਸੋ ਗੁਰੂ ਗੁਰੂ ਸਵਰੇ ਸਾਧ ਸੰਗਤ ਜੀ, ਮਾਤਾ ਗੁਜਰੀ ਜੀ ਦਾ ਜਨਮ ਨਗਰ ਕਰਤਾਰਪੁਰ ਵਿਖੇ ਗੁਰੂ ਘਰ ਦੇ ਅਨਿੰਨ ਸੇਵਕ ਭਾਈ ਲਾਲ ਚੰਦ ਉਹਨਾਂ ਦੇ ਗ੍ਰਹਿ ਵਿਖੇ ਹੋਇਆ। ਮਾਤਾ ਗੁਜਰੀ ਜੀ ਦੀ ਮਾਤਾ ਜੀ ਦਾ ਨਾਮ, ਜਿਨ੍ਹਾਂ ਦੇ ਕੁੱਖੋਂ ਇਹਨਾਂ ਨੇ ਜਨਮ ਲਿਆ, ਉਹਨਾਂ ਦਾ ਨਾਮ ਸੀ ਮਾਤਾ ਭਿਸ਼ਮ ਜੀ। ਗੱਜ ਕੇ ਆਖੋ ਸਤਨਾਮ। 1619 ਦੇ ਵਿੱਚ ਮਾਤਾ ਜੀ ਇਸ ਧਰਤੀ ਦੇ ਉੱਪਰ ਜਨਮ ਲੈਂਦੇ ਹਨ। ਇੱਕ ਮਹਾਨ ਸੰਘਰਸ਼ੀ ਇਤਿਹਾਸਕ ਸ਼ਖਸੀਅਤ, ਧਰਮ ਰੱਖਿਅਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਤਨੀ ਦੇ ਰੂਪ ਵਿੱਚ ਉਹ ਫਿਰ ਆਉਂਦੇ ਹਨ। ਗੱਜ ਕੇ ਆਖੋ ਸਤਨਾਮ। ਅਤੇ ਫਿਰ ਉਸ ਤੋਂ ਅੱਗੇ ਇੱਥੇ ਨਹੀਂ ਗੱਲ ਟੱਕਰਦੀ ਹੈ, ਫਿਰ ਗੁਰੂ ਸਵਾਰੀ ਸਾਧ ਸੰਗਤ ਦੀ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਵਜੋਂ ਵੀ ਹੁੰਦੇ ਹਨ। ਗੱਜ ਕੇ ਆਖੋ ਸਤਨਾਮ। ਅਤੇ ਭਾਰਤ ਦੇਸ਼ ਦੀ
पहली शहीद स्त्री हुई जिसका जीवन त्याग कुर्बानी शहीद इतिहास एक नवा मोड़ दिता। माता गुजरी ने गज गया सतना। भारतीय नारी के मान सम्मान कहते उच्चा करने वास्ते सत्कार स्थान ऐसा स्थान मतलब बनाया माता गुजरी जी ने जिन्हां दा इतिहास के सुनहरी अखरां दे विच नाम लिखा गया है। मां गुजरी दे साडे कौम दे उपर इतने कर्ज ने असी 100 जन्म ले के भी वह कर्ज नहीं उतार सकते। गज गया सतना। भारती जीवन के कहते माता जी का नाम स्वैमान गौरवमयी लिया जाता है इतिहास के इन्ना वड्डा नाम है माता जी का। करतारपुर विखे जन्म होता है और जिहड़ा ज्योति जोत समाते हैं भाव अमर शहीद का दर्जा भी दिता गया है वह 1705 धन गुरु गोबिंद सिंह जी की ज्योति जोत समाउण तो 3 साल पहला 81 साल की उम्र 81 साल की उम्र के सरहंद विखे ठंडे बुरज के समाधि ला के लीन हो गए माता जी और उत्थे ही प्राण त्याग दिए गए। जगह सतनाम जीवन माता जी का बड़ा त्यागमयी बड़ा सिदक वाला बड़ा संघर्षी और इन्हां दे सदका ही चारे साहिबजादे कौम लई अपना आप वार गए क्योंकि माता जी की गुरती से उन्होंने गज गया सतना। माता गुरु जी के परिवार के कुछ बंदे हरियाणा के जिला अंबाला के नगर लखनऊ साहब तो जलंधर लागे गुरु अर्जन देव जी वालों वसाए नगर करतारपुर वसे। माता गुजरी जी अपने 4 साल के बेटे गोबिंद राय जिन्हों श्री गुरु गोबिंद सिंह जी कहा गया गद्दी तो बाद उन्होंने भाई माता गुजरी जी के कृपाल चंद जिहड़े धन गुरु नानक गोबिंद सिंह मामा जी सन वह भी शहीद होए सन जंग के गज गया। माता गुरु जी के भाई कृपाल चंद अते कुछ होर सिंघां नाल श्री गुरु तेग बहादुर जी के आदेश अनुसार पटना साहब तो आनंदपुर साहब आउंदिया होया अपने पुराने पेके नगर लखनौर विखे तकरीबन 6 महीने लिए रुके माता जी जो पटना तो आनंदपुर साहब आते हैं इन्हों के पुराने पेके होंगे लखनौर उतों फिर कित आके करतारपुर वसते हैं। जदों हुक्म होंदा है फिर 6 महीने आके लखनौर साहब रुकते हैं माता जी। भाई लाल चंद ते माता बिशन कौर ने मन की इच्छा सतगुरु की पास बड़ी निम्रता नाल पेश की। गुरु साहब ने गुरु घर के निन्न सेवक माता गुजरी जी का आनंद कारज त्याग मल भाव श्री गुरु तेग बहादुर साहब जी के नाल हुंदा है। गज गया सतनाम। 1632 के धन गुरु तेग बहादुर साहब जी का आनंद कारज हुंदा है। उस तो बाद माता गुजरी जी श्री गुरु तेग बहादुर जी नाल अपने सहुरे श्री गुरु हरगोबिंद साहब अते सस माता नानकी जी की सेवा विच लीन हो गए। गज गया सतनाम। इन्हां दे सहुरे भी धन गुरु हरगोबिंद साहब पातशाह होए सस माता नानकी जी होए उन्हां दे सेवा विच लीन हो गए। माता गुजरी जी दे जीवन और उन्हां दा सुभाव बाणी दे विच हर पैसे शब्द आते हैं जिथे पातशाह बड़ा सिदक ते बड़ा सबर बख्शते हैं। दया करो नानक गुण गावे मिठा लगे तेरा भाणा ये धन माता गुजर कौर के जीवन से बड़ी ढुकती है। दुख का जगया सतना क्योंकि सारी ही जिंदगी सिदक सारी ही जिंदगी संघर्ष सारी ही जिंदगी अपनी इतिहास सिद्धांत दे विच लगा दित्ती माता गुजर कौर ने। हर एक समा उन्होंने उपर गुजरिया आपने गुरु परिवार गुरु घर के सारी मर्यादा विच माता जी परिपक् रहे। दादा सौरा श्री गुरु अर्जन देव जी दादा सौरा सन इन्होंने गज गया सतना। धन गुरु हरगोबिंद साहब सौरा सन दादा सौरा से धन गुरु अर्जन देव जी वे पंचम पातशाह जिहड़े शहीद हुए सन गज गया सतना। गुरु घर के सारे हालात माता गुजरी जी का आत्मक बल अंदरों होर भी ताकतवर हो गए। माता जी
ਜਦੋਂ ਸਾਰਾ ਇਤਿਹਾਸ ਆਪਣੇ ਵਡੇਰਿਆਂ ਦਾ, ਆਪਣੇ ਪੁਰਖਿਆਂ ਦਾ, ਆਪਣੇ ਪਰਿਵਾਰ ਦਾ ਸੁਣਿਆ ਲੱਗ ਗਿਆ, ਉਹ ਸਤਨਾਮ। ਭਿਅੰਕਰ ਤੋਂ ਭਿਅੰਕਰ ਸਮਾਂ ਹਾਲਤਾਂ ਦ੍ਰਿੜਤਾ ਨਾਲ ਸਿਦਕ ਦੇ ਮੁਕਾਬਲੇ ਦੇ ਨਾਲ ਸਮਰੱਥ ਹੋ ਗਈ। ਪਟਨਾ ਸਾਹਿਬ ਵਿੱਚ ਮਾਤਾ ਗੁਜਰੀ ਜੀ ਨੇ 22 ਦਸੰਬਰ 1666 ਨੂੰ ਇੱਕ ਬਾਲਕ ਨੂੰ ਜਨਮ ਦਿੱਤਾ, ਜਿਸ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ। ਗਜ ਗਿਆ ਕੋ ਸਤਨਾਮ। ਔਰ ਉਹਨਾਂ ਦੇ ਬਾਰੇ ਇੱਕ ਕਵੀ ਲਿਖਦਾ ਹੈ, ਕਹਿੰਦੇ ਮਾਂ ਗੁਜਰੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਾ ਹੋ ਸਕਦਾ। ਮਾਂ ਗੁਜਰੀ ਦੇ ਚੰਨ ਵਰਗਾ ਹੋਰ ਕੋਈ ਸੰਸਾਰ 'ਤੇ ਪੈਦਾ ਹੀ ਨਹੀਂ ਹੋਇਆ। ਚਾਰੇ ਸਾਹਿਬਜ਼ਾਦੇ ਆਪਣੇ ਵਾਰ ਦਿੱਤੇ, ਪਿਤਾ ਵਾਰ ਦਿੱਤਾ, ਮਾਤਾ ਵਾਰ ਦਿੱਤੀ, ਆਪਣੇ ਪਿਆਰੇ ਸਿੰਘ ਵਾਰ ਦਿੱਤੇ, ਇੱਥੇ ਤੱਕ ਪੂਰਾ ਸਰਬੰਸ਼ ਵਾਰ ਦਿੱਤਾ। ਇਹ ਕੌਮ ਕਦਾ ਚਿਤਵੀਨ ਦਾ ਕਰਜ਼ ਨਹੀਂ ਉਤਾਰ ਸਕਦੀ। ਗੱਜ ਗਿਆ ਉਹ ਸਤਨਾਮ। ਹੁਣ ਗੋਬਿੰਦ ਰਾਏ ਜੀ ਦਾ ਜਨਮ ਹੁੰਦਾ ਹੈ 1666। ਵੱਡੇ ਹੁੰਦੇ ਹਨ ਧੰਨ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੀ ਉਮਰ ਤਕਰੀਬਨ। ਇਹਨਾਂ ਦਿਨਾਂ ਦੇ ਵਿੱਚ ਨਾ ਕਸ਼ਮੀਰੀ ਪੰਡਿਤ ਬੇਨਤੀ ਲੈ ਕੇ ਆਉਂਦੇ ਹਨ ਕਿ ਇਹਦੇ ਪਾਸ ਗੁਰੂ ਤੇਗ ਬਹਾਦਰ ਜੀ ਕੋਲ ਗੱਜ ਗਿਆ ਉਹ ਸਤਨਾਮ। 11 ਜੁਲਾਈ 1675 ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਲੇ ਪਾਏ। ਵਿਛੋੜੇ ਦੀ ਘੜੀ ਨੂੰ ਮਾਤਾ ਗੁਜਰੀ ਜੀ ਨੇ ਬੜੇ ਹੌਸਲੇ ਅਤੇ ਬੜੇ ਦਲੇਰੀ ਨਾਲ ਚੱਲਿਆ। 11 ਨਵੰਬਰ 1675 ਗੁਰੂ ਤੇਗ ਬਹਾਦਰ ਜੀ ਦਿੱਲੀ ਵਿੱਚ ਸੀਸ ਵਾਰਨ ਤੋਂ ਪਿੱਛੋਂ 9 ਸਾਲ ਦੇ ਗੁਰੂ ਗੋਬਿੰਦ ਸਿੰਘ ਨੇ ਸਿੱਖ ਲਹਿਰ ਅਗਵਾਈ ਦਿੱਤੀ ਔਰ ਸਾਰੀ ਜ਼ਿੰਮੇਵਾਰੀ ਮਾਤਾ ਗੁਜਰੀ ਜੀ ਨੇ ਮੋਢੇ ਨਾਲ ਮੋਢਾ ਲਾ ਕੇ ਨਿਭਾਈ। ਗੱਜ ਗਿਆ ਉਹ ਸਤਨਾਮ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਵੀ ਉਮਰ ਦੇ ਬੜੇ ਛੋਟੇ ਸਨ, 9 ਸਾਲ ਦੇ ਸਨ। ਸਿੱਖ ਲਹਿਰ ਦੇ ਵਿੱਚ ਬੜਾ ਮੇਨ ਜਿਹੜਾ ਰੋਲ ਨਿਭਾਇਆ ਮਾਤਾ ਗੁਜਰੀ ਜੀ ਨੇ। ਅਨੰਦਪੁਰ ਸਾਹਿਬ ਵਿੱਚ ਆਮ ਤੌਰ 'ਤੇ ਮਾਹੌਲ ਜੰਗਾਂ ਯੁੱਧਾਂ ਵਾਲਾ ਬਣਿਆ ਰਹਿੰਦਾ ਸੀ, ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਟ੍ਰੇਨਿੰਗ ਅਜਿਹੀ ਕਰਾਈ, ਸਿਰਫ ਅਧਿਆਤਮਿਕ ਗੁਣ ਹੀ ਨਹੀਂ ਸਾਰੇ ਯੋਧਿਆਂ ਵਾਲੇ ਗੁਣ ਵੀ ਪੈਦਾ ਕੀਤੇ ਆਪਣੇ ਸਿੰਘਾਂ ਦੇ ਵਿੱਚ। ਗੱਜ ਗਿਆ ਉਹ ਸਤਨਾਮ। ਇਕੱਲੀ ਬਾਣੀ ਪੜ੍ਹਨੀ, ਇਕੱਲੀ ਤਪੱਸਿਆ ਕਰਨੀ, ਇਕੱਲਾ ਅਭਿਆਸ ਕਰਨਾ ਨਹੀਂ ਸਿਖਾਇਆ ਪਾਤਸ਼ਾਹ। ਸਮੇਂ ਦੇ ਹਾਲਾਤਾਂ ਨਾਲ ਲੜਨਾ, ਦੁਸ਼ਮਣ ਤੇ ਕਿਸ ਤਰ੍ਹਾਂ ਜਿੱਤ ਕਰਨੀ ਹੈ, ਉਹ ਵੀ ਧੰਨ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਸਿਖਾਇਆ। ਗੱਜ ਗਿਆ ਉਹ ਸਤਨਾਮ। ਸੰਤ ਅਤੇ ਸਿਪਾਹੀ ਵਾਲੇ ਗੁਣ ਪੈਦਾ ਕੀਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ, ਕਿਉਂਕਿ ਗੁੜਤੀ ਕਿਹਨਾਂ ਦੀ ਸੀ? ਮਾਤਾ ਗੁਜਰ ਕੌਰ ਦੀ। ਗੱਜ ਗਿਆ ਉਹ ਸਤਨਾਮ। ਔਰ ਆਪਣੇ ਪੋਤਰਿਆਂ ਦੇ ਚਰਿੱਤਰ ਨਿਰਮਾਣ ਵਿੱਚ ਮਾਤਾ ਗੁਜਰੀ ਜੀ ਨੇ ਵੱਡਾ ਯੋਗਦਾਨ ਪਾਇਆ, ਕਿਉਂਕਿ ਚਾਰੇ ਸਾਹਿਬਜ਼ਾਦਿਆਂ ਦੀ ਜਿਹੜੀ ਪਰਵਰਿਸ਼ ਹੋਈ ਹੈ ਉਹ ਮਾਤਾ ਗੁਜਰੀ ਜੀ ਦੀ ਗੋਦ ਵਿੱਚ ਹੋਈ ਹੈ। ਗੱਜ ਗਿਆ ਉਹ ਸਤਨਾਮ। ਹੁਣ ਇਸੇ ਕਰਕੇ ਇੱਕ ਸ਼ਹੀਦ ਦੀ ਪਤਨੀ ਕਿਹਾ ਜਾਂਦਾ ਹੈ, ਇੱਕ ਸ਼ਹੀਦ ਦੀ ਮਾਂ ਕਿਹਾ ਜਾਂਦਾ ਹੈ, ਅਤੇ ਸ਼ਹੀਦ ਪੋਤਿਆਂ ਦੀ ਸ਼ਹੀਦ ਦਾਦੀ ਮਾਂ ਕਹੀ ਜਾਂਦੀ ਹੈ, ਅਤੇ ਸ਼ਹੀਦ ਭਾਈ ਦੀ ਸ਼ਹੀਦ ਭੈਣ ਕਹੀ ਜਾਂਦੀ ਹੈ। ਗੱਜ ਗਿਆ ਉਹ ਸਤਨਾਮ। ਇੰਨੀਆਂ ਸ਼ਹੀਦੀਆਂ ਇੱਕ ਪਰਿਵਾਰ ਦੇ ਵਿੱਚ, ਧੰਨ ਮਾਤਾ ਗੁਜਰੀ ਕੌਰ ਨੇ ਇਹ ਸਾਰਾ ਮੰਜ਼ਰ ਆਪਣੇ ਹੱਡਾਂ ਦੇ ਉੱਪਰ ਹਟਾਇਆ। ਗੱਜ ਗਿਆ ਉਹ ਸਤਨਾਮ। ਕਹਿੰਦੇ ਇਹੋ ਕਾਰਨ ਹੈ ਵੀ ਗੁੜਤੀ ਐਸੀ ਦਿੱਤੀ ਉਹਨਾਂ ਦੇ ਪੋਤਰਿਆਂ ਨੇ ਆਪਣੇ ਪਿਤਾ ਦੇ ਪੈਰਾਂ ਦੇ ਉੱਪਰ ਚੜਦਿਆਂ ਹੋਇਆਂ ਦੇਸ਼ ਧਰਮ ਅਤੇ ਕੌਮ ਦੀ ਖਾਤਰ ਈਨ ਨਹੀਂ ਮੰਨੀ, ਆਪਣੀਆਂ ਜਾਨਾਂ ਵਾਰ ਕੇ ਗੱਜ ਗਿਆ ਉਹ ਸਤਨਾਮ। ਜਦੋਂ ਛੋਟੇ ਸਾਹਿਬਜ਼ਾਦੇ ਨੂੰ ਸੁਣਦੇ ਨੇ, ਕਿਉਂਕਿ ਜ਼ਿਆਦਾਤਰ ਉਹਨਾਂ ਦਾ ਸਮਾਂ ਮਾਤਾ ਗੁਜਰੀ ਜੀ ਦੀ ਗੋਦ ਵਿੱਚ ਲੰਘਿਆ। ਗੱਜ ਗਿਆ ਉਹ ਸਤਨਾਮ। ਅਤੇ ਮਾਤਾ ਜੀ ਨੇ ਉਹਨਾਂ ਨੇ ਹਮੇਸ਼ਾ ਇਹ ਗੱਲ ਸਮਝਾਈ ਹੈ, ਕਹਿੰਦੇ ਤੁਹਾਡਾ ਪਰਦਾਦਾ ਧੰਨ ਗੁਰੂ ਅਰਜਨ ਦੇਵ ਸਾਹਿਬ ਉਹ ਵੀ ਆਪਣੀ ਚਿੱਟੀ ਚਾਦਰ ਇਸ ਸੰਸਾਰ ਤੋਂ ਲੈ ਕੇ ਗਏ ਹਨ, ਦਾਦ ਉਹਨਾਂ ਨੇ ਨਹੀਂ ਲਵਾਇਆ ਹੈ। ਤੁਹਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਉਹ ਵੀ ਬੇਦਾਗ ਗਏ ਹਨ, ਦੇਖੋ ਕਿਤੇ ਮਤਾ ਤੁਸੀਂ ਕਿਤੇ ਮੁਗਲਾਂ ਦੇ ਜਾਲ ਵਿੱਚ ਨਾ ਫਸ ਜਾਇਓ, ਕਿਤੇ ਲਾਲਚ ਵਿੱਚ ਨਾ ਆ ਜਾਇਓ, ਇਹ ਧਰਮ ਦੀ ਚਿੱਟੀ ਚਾਦਰ ਉਹ ਦਰਗਾਹ ਦੇ ਵਿੱਚ ਬੇਦਾਗ ਲੈ ਕੇ ਜਾਣੀ ਹੈ। ਗੱਜ ਗਿਆ ਉਹ ਸਤਨਾਮ। ਔਰ ਛੋਟੇ ਸਾਹਿਬਜ਼ਾਦਿਆਂ ਨੇ ਉਸੇ ਤਰ੍ਹਾਂ ਮਾਤਾ ਜੀ ਦਾ ਹੁਕਮ ਨਿਭਾਇਆ ਹੈ। ਬੇਸ਼ੱਕ ਸ਼ਹੀਦ ਹੋ ਗਏ, ਬੇਸ਼ੱਕ ਸ਼ਸਲ ਬੇਗ ਅਤੇ ਬਾਸਲ ਬੇਗ ਜਲਾਦ ਦੀ ਜਦੋਂ ਛੋਟੇ ਸਾਹਿਬਜ਼ਾਦੇ
ਨੀਹਾਂ ਦੇ ਵਿੱਚ ਸਾਹ ਘੁੱਟ ਗਿਆ, ਦੋਵੇਂ ਨੀਚੇ ਆ ਕੇ ਗਿਰ ਗਏ। ਉਸ ਤੋਂ ਬਾਅਦ ਜਿਹੜੀ ਆ ਘੰਡੀ ਹੁੰਦੀ ਹੈ ਨਾ, ਇਹ ਹਲਾਲ ਕੀਤੀ ਗਈ ਦੋਵੇਂ ਸਾਹਿਬਜ਼ਾਦੇ ਨੇ ਗੱਜ ਕੇ ਆਪੋ ਸਤਨਾਮ ਹਲਾਲ ਕਰਕੇ ਉਹਨਾਂ ਨੂੰ ਸ਼ਹੀਦੀ ਦਿੱਤੀ ਹੈ ਮੁਗਲਾਂ ਨੇ। ਐਵੇਂ ਨਹੀਂ, ਸਿੱਖੀ ਦੇ ਸਿਧਾਂਤ ਬੜੇ ਪ੍ਰਭਾਵਿਤ ਹੋਏ ਹੋਏ ਗੁਰੂ ਸਵਰੀ ਸਾਹਿਬ ਸਿੰਘ ਜੀ। ਇਹ ਬੜੀਆਂ ਕੁਰਬਾਨੀਆਂ ਨਾਲ ਮਿਲੀ ਹੋਈ ਹੈ, ਕਿਉਂਕਿ ਮਾਤਾ ਗੁਜਰੀ ਜੀ ਦੀ ਗੋਦ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਸ਼ਹੀਦੀ ਦੇ ਅੰਤਲੇ ਦਿਨ, ਸ਼ਹੀਦੀ ਦੇ ਅੰਤਮਾ ਸਮਾਂ ਜਿਹੜਾ ਉਹ ਮਾਤਾ ਗੁਜਰੀ ਜੀ ਦੀ ਗੋਦ ਵਿੱਚ ਲਗਾਇਆ ਹੈ। ਹਰ ਵਕਤ ਚੜ੍ਹਦੀ ਕਲਾ ਦੇ ਪਾਠ ਮਾਤਾ ਜੀ ਪੜ੍ਹਾਉਂਦੇ, ਹਰ ਵਕਤ ਆਪਣੇ ਵੱਡੇ ਵਡੇਰਿਆਂ ਦੀਆਂ, ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ, ਪੰਚਮ ਪਾਤਸ਼ਾਹ, ਛੇਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਤੋਂ ਲੈ ਕੇ ਸਾਰੇ ਹੀ ਸਿੱਖਾਂ ਦੀਆਂ ਸੂਰਮਿਆਂ ਦੀਆਂ ਇਤਿਹਾਸ ਸੁਣਾਉਂਦੇ ਸੁਣਾਉਂਦੇ ਮਾਤਾ ਜੀ ਨੇ ਉਹਨਾਂ ਨੂੰ ਇੰਨਾ ਪਰਪੱਕ ਕਰ ਦਿੱਤਾ। ਜਦੋਂ ਸੁੱਚਾ ਨੰਦ ਪੁੱਛਦਾ ਇਹ, ਕਹਿੰਦਾ ਜੇਕਰ ਤੁਹਾਨੂੰ ਛੱਡ ਦਿੱਤਾ ਤਾਂ ਤੁਸੀਂ ਕੀ ਕਰੋਗੇ? ਤਾਂ ਛੋਟੇ ਸਾਹਿਬਜ਼ਾਦੇ ਬੋਲਦੇ ਨੇ, ਪਹਿਲੀ ਗੱਲ ਤਾਂ ਤੁਸੀਂ ਸਾਨੂੰ ਛੱਡਣਾ ਨਹੀਂ, ਅਤੇ ਜੇਕਰ ਛੱਡ ਦਿੱਤਾ ਤਾਂ ਅਸੀਂ ਜੰਗਲਾਂ ਦੇ ਵਿੱਚ ਜਾਵਾਂਗੇ, ਭਾਰਤ ਦੇ ਕੋਨੇ ਕੋਨੇ ਦੇ ਵਿੱਚ ਜਾਵਾਂਗੇ, ਸਿੰਘਾਂ ਨੂੰ ਇਕੱਠਾ ਕਰਾਂਗੇ, ਸ਼ਸਤਰਾਂ ਦੀ ਟ੍ਰੇਨਿੰਗ ਲਵਾਂਗੇ, ਦੁਬਾਰੇ ਫਿਰ ਆ ਕੇ ਤੁਹਾਡੇ ਨਾਲ ਮੱਥਾ ਲਾਵਾਂਗੇ ਗੱਜ ਗਿਆ ਆਪੋ ਸਦਾ। ਅਤੇ ਫਿਰ ਸੁੱਚਾ ਨੰਦ ਦੇ ਬੋਲ ਸਨ, ਕਹਿੰਦੇ ਵਜ਼ੀਰ ਖਾਨ ਇਹ ਸੱਪ ਦੇ ਵਿੱਚ ਸਪੋਲੀ ਨੇ ਮਾਫ਼ ਕਰਨਾ, ਇਹੋ ਜਿਹੇ ਬੋਲ ਬੋਲੇ ਸਨ। ਇਹਨਾਂ ਸਪੋਲੀਆਂ ਨੇ ਫਿਰ ਸਾਨੂੰ ਲੰਘਣਾ ਏ, ਇਸ ਤੋਂ ਚੰਗਾ ਏ ਇਹਨਾਂ ਨੂੰ ਇੱਥੋਂ ਹੀ ਮਾਰ ਦਿੱਤਾ ਜਾਵੇ ਗੱਜ ਗਿਆ ਆਪੋ ਸਦਾ। ਅਤੇ ਜਦੋਂ ਸਜ਼ਾ ਸੁਣਾਈ ਗਈ ਨਾ, ਅਤੇ ਛੋਟੇ ਸਾਹਿਬਜ਼ਾਦਿਆਂ ਨੇ ਜਕਾਰਾ ਲਾਇਆ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਜ਼ੀਰ ਖਾਨ ਕਹਿੰਦਾ ਇਹ ਤੁਹਾਡੇ ਪਿਓ ਦੀ ਕਚਹਿਰੀ ਨਹੀਂ, ਇਹ ਵਜ਼ੀਰ ਖਾਨ ਦਾ ਦਰਬਾਰ ਹੈ। ਅਤੇ ਛੋਟੇ ਸਾਹਿਬਜ਼ਾਦੇ ਕਹਿੰਦੇ ਤੈਨੂੰ ਹੱਦਾਂ ਦੀ ਲੋੜ ਹੋਵੇਗੀ, ਪਰ ਸਾਡੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਈ ਹੱਦਾਂ ਦੀ ਲੋੜ ਨਹੀਂ, ਸਾਰਾ ਸੰਸਾਰ ਹੀ ਉਹਨਾਂ ਦਾ ਦਰਬਾਰ ਹੈ ਗੱਜ ਗਿਆ ਆਪੋ ਸਦਨਾ। ਸਾਰਾ ਸੰਸਾਰ ਹੀ ਉਹਨਾਂ ਦੇ ਰੌਸ਼ਨ ਚਿਹਰੇ ਨਾਲ, ਨੂਰੋ ਨੂਰ ਨਾਲ ਲਬਾ ਲਬ ਹੋਇਆ ਭਰਿਆ ਏ। ਵਜ਼ੀਰ ਖਾਨ ਤੈਨੂੰ ਨਹੀਂ ਪਤਾ ਤੂੰ ਕਿਹਦੇ ਨਾਲ ਮੱਥਾ ਲਾ ਰਿਹਾ ਹੈ, ਤੂੰ ਗੁਰੂ ਘਰ ਦੀ ਅਜ਼ਮਤ ਨਾਲ ਮੱਥਾ ਲਾ ਰਿਹਾ ਹੈ। ਬਾਬਰ ਵਰਗੇ ਚਲੇ ਗਏ, ਜਹਾਂਗੀਰ ਵਰਗੇ ਚਲੇ ਗਏ, ਅਕਬਰ ਵਰਗੇ ਚਲੇ ਗਏ, ਅਤੇ ਜਾਣਾ ਤੈਂ ਵੀ ਹੈ ਇੱਕ ਦਿਨ, ਪਰ ਸਾਨੂੰ ਦੁਨੀਆਂ ਯਾਦ ਕਰੇਗੀ, ਕਿਉਂਕਿ ਅਸੀਂ ਨੀ ਮੰਨੀ ਨੀ ਤੇਰੇ, ਅਤੇ ਦੁਨੀਆਂ ਲਾਣਤ ਪਾ ਦੇਵੀ ਗੱਜ ਗਿਆ ਆਪੋ ਸਤਨਾਮ। ਅਤੇ ਅੱਜ ਤੱਕ ਲਾਣਤਾਂ ਵੀ ਪੈ ਰਹੀਆਂ ਨੇ, ਕਿਉਂਕਿ ਸਹਿਜ ਦੇ ਘਰ ਦੇ ਨਾਲ ਮੱਥਾ ਲਾਉਣਾ। ਪਾਤਸ਼ਾਹ ਕਹਿੰਦੇ ਨੇ ਆਏ ਗਏ ਨੂੰ ਦੇਗ ਪੱਕੀ, ਅਤੇ ਚੜ੍ਹੇ ਹੋਏ ਨੂੰ ਦੇਗ ਪੱਕੀ ਗੱਜ ਗਿਆ ਆਪੋ ਸਤਨਾਮ। ਗੁਰੂ ਘਰ ਦੀ ਅਜ਼ਮਤ ਬੜੀ ਵੱਡੀ ਹੈ, ਖੇਡ ਬੜੀ ਵੱਡੀ ਹੈ। ਅਤੇ ਗੁਰੂ ਸਵਰੀ ਸਾਹਿਬ ਸੰਗਤ ਜੀ ਉਹਨਾਂ ਸਮਿਆਂ ਦੇ ਵਿੱਚ ਨਾ, ਜਦੋਂ ਮਾਤਾ ਗੁਜਰੀ ਜੀ ਅਨੰਦਪੁਰ ਸਾਹਿਬ ਹੁੰਦੇ ਨਾ, ਪਹਾੜੀ ਰਾਜਿਆਂ ਨੇ ਕੋਈ ਚਾਲ ਚੱਲਦੀ ਰਹਿਣਾ, ਆਪਣੇ ਦਿਲ ਦੇ ਬੜੇ ਕੱਪੀ ਸਨ, ਵਲ ਕਰਕੇ, ਛਲ ਕਰਕੇ, ਰਾਜਨੀਤੀ ਕਰਕੇ, ਕਿਵੇਂ ਨਾ ਕਿਵੇਂ ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲ੍ਹਾ ਛੱਡਣ ਲਈ ਮਜਬੂਰ ਕਰ ਦਿੱਤਾ ਗੱਜ ਗਿਆ ਆਪੋ ਸਤਨਾਮ। ਇਤਿਹਾਸ ਦੇ ਦੋ ਪੱਖ ਨੇ ਗੁਰੂ ਸਵਰੀ ਸਾਹਿਬ, ਇਕੱਲੇ ਮੁਗਲਾਂ ਨੇ ਨਹੀਂ ਸਤਾਇਆ ਗੁਰੂ ਗੋਬਿੰਦ ਸਿੰਘ ਜੀ ਨੇ, ਆਲੇ ਦੁਆਲੇ ਦੇ ਰਾਜਿਆਂ ਨੇ ਆਪਣੇ ਰਾਜ ਦੀ ਖਾਤਰ, ਕਿਉਂਕਿ ਮੁਗਲ ਉਹਨਾਂ ਨੂੰ ਮਜਬੂਰ ਕਰਦੇ ਸਨ ਵੀ ਤੁਸੀਂ ਵੀ ਕੋਈ ਚਾਲ ਚੱਲੋ, ਇਹ ਸਾਰਾ ਰਾਜ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਰਾਜ ਕਰ ਲਵੇਗਾ ਤੁਹਾਡੇ 'ਤੇ। ਪਰ ਸਾਹਿਬ ਨੇ ਐਸਾ ਕੋਈ ਰਾਜ ਥੋੜ੍ਹੀ ਕਰਨਾ ਸੀ, ਸਾਹਿਬ ਦੇ ਟੀਚੇ ਧੰਨ ਗੁਰੂ ਗੋਬਿੰਦ ਸਿੰਘ ਦੀ ਮੰਜ਼ਿਲ ਦਾ ਕੋਈ ਹੋਰ ਮੰਜ਼ਿਲ ਸੀ ਗੱਜ ਕੇ ਆਪੋ ਸਤਨਾਮ। ਇਹ ਛੋਟੀ ਮੋਟੀ ਮੰਜ਼ਿਲ ਨਹੀਂ ਸੀ ਵੀ ਇਕੱਲੇ ਅਨੰਦਪੁਰ ਸਾਹਿਬ 'ਤੇ ਰਾਜ ਕਰਨਾ, ਅੱਜ ਪੂਰੇ ਸੰਸਾਰ ਦੇ ਉੱਪਰ ਰਾਜ ਕਰਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਗੱਜ ਕੇ ਆਪੋ ਸਤਨਾਮ। ਇਹਨਾਂ ਸਾਰਿਆਂ ਰਾਜਿਆਂ ਨੇ, ਨਵਾਬਾਂ ਨੇ, ਅਹਿਲਕਾਰਾਂ ਨੇ, ਵਜ਼ੀਰਾਂ ਨੇ, ਮੰਤਰੀਆਂ ਸੰਤਰੀਆਂ ਨੇ, ਸਾਰੀ ਹਕੂਮਤ ਨੇ ਜ਼ੋਰ ਲਾ ਕੇ ਮਾਤਾ ਗੁਜਰੀ ਜੀ ਕੋਲ ਫਿਰਦੇ ਨੇ। ਕਹਿੰਦੇ ਜੀ ਹੁਣ ਤਾਂ 8 ਮਹੀਨੇ ਹੋ ਗਏ, ਹੁਣ ਤਾਂ ਕੁਝ ਵੀ ਨਹੀਂ ਬਚਿਆ ਖਾਣ ਪੀਣ ਵਾਸਤੇ, ਹੁਣ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਹੋ, ਤੁਹਾਡੇ ਪੁੱਤਰ ਨੇ ਤੁਹਾਡੀ ਉਹ ਮੰਨ ਲੈਣਗੇ, ਹੁਣ ਹੋਰ ਸਿੱਧਕ ਨਹੀਂ ਨਿਭਾਇਆ ਜਾਣਾ ਗੱਜ ਗਿਆ ਆਪੋ ਸਤਨਾਮ। ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਕਹਿੰਦੇ ਸਿੰਘੋ ਜੇ ਥੋੜ੍ਹਾ ਜਿਹਾ ਸਮਾਂ ਹੋਰ ਕੱਢ ਲਈਏ ਨਾ, ਅਤੇ ਇਤਿਹਾਸ ਦੇ ਜਿਹੜੇ ਪੰਨੇ ਨੇ ਉਹ ਕੁਝ ਹੋਰ ਹੋ ਜਾਣਗੇ ਗੱਜ ਗਿਆ ਆਪੋ ਸਤਨਾਮ।
पर बचारे 8 महीने का समा बहुत होता है। दरख्तों के पत्ते खाने, छोलियां की मुठ नाल, पानी नाल, होर ऐसे बड़े इंतजाम किए। राशन भी हुकूमत ने बंद कर दिता कि कितों भी इन्हों कुछ भी ना मिले, ये हार जान। पर अंत धन गुरु गोबिंद सिंह जी अपने सिंघ का प्यार समझते हुए, सिंघा की बेनती कबूल करते हुए, सिंघा का दुख दर्द ना सहारते हुए वो किला खाली करते हैं। किला खाली करने की देर होती है पहाड़ी राजे और मुगलों की चाल का भी पता लग जाता है। इन्हें क्या हो सकता है, पिछों हमला करते हैं। पर मेरे दीन दुनिया के मालक नाल माता गुजर कौर नाल चारे साहबजादे और नाल पंज प्यारे सारे सिंह कदाचित भी नहीं डोलते। जंग होंगी है, जंग तो बाद सरसा किनारे आके कमर कस्सा खोलते हैं धन गुरु गोबिंद सिंह जी और अपने सिंघां नूं कहिंदे हन भाई आसा दी वार दा कीर्तन करी जगिया को सतनाम। ऐसा पातशाह एक पल लई खीरिया जड़ी कलगी हुंदी सी मखमली सेजां दे उपर बैठण वाले पातशाह अरबी घोड़ियां प्रसादी हाथियां दे उपर सवारी करन वाले पातशाह ते एक पासे सरसा दे कंडे नीले चोले दे विच बैठे हन और बलिहारी गुरप ने दिहाड़ी सदवार जिन मानस के देवती की करत न लगी। वाह, शब्द उच्चारण कर रहे हैं पातशाह। उन्होंने समझाया भी हालात कहो जे हो, हालात लड़न वाला ही सूरमा मनिया जाता है। जगे आपको सतना, हालात के अगे झुकने वाला मर्द नहीं है, हालात के नाल लड़न वाला, क्योंकि जिंदगी एक संघर्ष है। ਕਰਨ ਪਾਤਸ਼ਾਹ ਬੜਾ ਕੁਝ ਕਰ ਸਕਦੇ ਸਨ, ਰਿੱਧੀਆਂ ਸਿੱਧੀਆਂ ਸਨ ਪਾਤਸ਼ਾਹ ਕੋਲ, ਅਜੀਮ ਸ਼ਕਤੀ ਵੀ ਸੀ ਪਾਤਸ਼ਾਹ ਕੋਲ, ਸੰਤ ਸਿਪਾਹੀ ਵਾਲੇ ਗੁਣ ਵੀ ਸਨ ਪਾਤਸ਼ਾਹ ਕੋਲ। ਪਰ ਉਹਨਾਂ ਨੇ ਜੰਤਰਾਂ ਮੰਤਰਾਂ ਨੂੰ ਪਿੱਛੇ ਰੱਖਦਿਆਂ ਹੋਇਆਂ, ਕਰਾਮਾਤ ਨੂੰ ਪਿੱਛੇ ਰੱਖਦਿਆਂ ਹੋਇਆਂ ਹਾਲਾਤਾਂ ਨਾਲ ਲੜਨਾ ਸਿਖਾਇਆ ਹੈ ਆਪਣੇ ਖਾਲਸੇ ਨੂੰ ਬਚ ਕੇ ਆਪੋ ਸਦਨਾ। ਇਸੇ ਲਈ ਸਰਬੰਸ ਬਾਰੇ ਆਏ, ਇਸੇ ਲਈ ਪਿਤਾ ਬਾਰੇ ਆਏ, ਮਾਤਾ ਬਾਰੀ ਹੈ, ਸਾਰੇ ਸਿੰਘ ਬਾਰੇ ਹੈ, ਚਾਰੇ ਸਾਹਿਬਜ਼ਾਦੇ ਬਾਰੇ ਹੈ और बाद विच फिर अपने आप नूं वी वारे लग गया को सतना। ये सब होया किस कारण है, क्योंकि जिहड़ी कुखों जन्म लिया है ना वो कुख बड़ी सुरखनी सी गज गया को सतना। वो कुख का नाम है माता गुजर कौर जी का इतिहास है जब सब। ऐसी रुद्दी शक्ति, ऐसा जिहड़ा अमृत घोल के पिलाया है माता गुजरी जी ने अपने पुत्र गुरु गोबिंद सिंह जी नूं, फिर अपने पोतरियां दी परवरिश भी अपने हत्थी कीती और सारे सिंघां नूं भी नाल नाल प्यार करदे रहे माता गुजर कौर। 80 दे 80 साल माता जी ने संघर्ष नाल निभाए अपने गजकिया को सतनाम। 81 साल दी उम्र दे विच माता गुजरी जी इस संसार तों ज्योति ज्योत समा जांदे हन और उन्होंने अमर शहीद का दर्जा दिता गया है। गज गया को सतना, क्योंकि सिख कौम दे विच, सिख सिद्धांत दे विच, इतिहास दे विच माता जी का नाम जितना भी वड्डा हो सकीए लै सकीए उन्ना ही घट है। उन्होंने दी लिखतां विच तर्जमानी नहीं कर सकते, उन्होंने कवितावां दे विच तर्जमानी नहीं कर सकते, इतिहास विच भी कलम भी छोटी पै जाती है माता गुजर जी का इतिहास लिखने की। गज के आपको सतना, वखो वखरे स्कॉलर, वखो वखरे खोजी खोजकार, वखो वखरे चिंतनकार आपो अपनी सोच के अनुसार माता गुजरी जी बारे लिखते हैं और ये भी लिखते हैं। आखिर कहते एक एक स्त्री लई, एक एक औरत लई इन्ना कुछ सहारना गुरु नानक देव जी की करामात ही है, उस तो उपर कुछ नहीं गज गया को सतना। ये गुरु घर की खेड है भी इन्ना कुछ अपने सहार जाना। अज कुछ भी हो जाए, कोई जख्म हो जाए, सानू हत्थां पैरां दी पै जांदी है गुरु गुरु सवारी सतना। ते माता जी ने तो सारा ही सिख पंथ वारते हुए अपनी अखी नाल देखा है, जगह बिछड़ते भी अखी देखा है, खालसे का राज भाग भी लुटते भी अखी देखा है, किले छड़ते भी अखी देखा है, सारा धन दौलत भी लुटता अखी देखा है। गजगे
ਜੇ ਵੱਡਾ ਸਿਦਕ ਸੀ, ਵੱਡਾ ਦਿਲ ਸੀ, ਵੱਡਾ ਹਿਰਦਾ ਸੀ ਤਾਂ ਹੀ ਸਹਾਰ ਲਿਆ। ਧੰਨ ਗੁਰੂ ਨਾਨਕ ਦੇਵ ਦੀ ਬੜੀ ਅਦਭੁਤ ਬੜੀ ਕਰਾਮਾਤ ਸੀ ਤਾਂ ਹੀ ਸਹਾਰ ਲਿਆ। ਅਗਰ ਦੁਨਿਆਵੀ ਦੁਨੀਆਂ ਦੇ ਵਿੱਚ ਦੇਖਿਆ ਜਾਵੇ ਸਾਡੇ ਕੋਲੋਂ ਥੋੜ੍ਹਾ ਜਿਹਾ ਸਾਡੇ ਵਪਾਰ ਦੇ ਵਿੱਚ ਘਾਟਾ ਪੈ ਜਾਵੇ, ਮਨੁੱਖ ਫਾਹੇ ਨਾਲ ਲੜ ਕੇ ਮਰ ਜਾਂਦਾ ਹੈ। ਗੱਲ ਗਿਆ ਉਸ ਦੇਖਦੇ ਹਾਂ ਅੱਜ ਕੱਲ੍ਹ ਕਿੰਨੀਆਂ ਮੌਤਾਂ ਹੁੰਦੀਆਂ ਨੇ, ਅਨਿਆਈ ਮੌਤਾਂ ਮਰੀ ਜਾਂਦੇ ਲੋਕ, ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ ਆਪਣੇ ਆਪਣੇ ਐਸ਼ੋ ਇਸ਼ਰਤ ਆਪਣੀਆਂ ਲੋੜਾਂ ਪੂਰਤੀਆਂ ਵਧਾ ਲਈਆਂ, ਉਹ ਪੂਰੀਆਂ ਨਹੀਂ ਹੁੰਦੀਆਂ, ਫਿਰ ਮਨੁੱਖ ਨੇ ਮਰਨਾ ਹੀ ਹੈ। ਗੁਰੂ ਜ਼ਿੰਦਗੀ ਦੇ ਸੰਘਰਸ਼ ਦੇ ਵਿੱਚ ਤਿਆਗ ਬੜਾ ਜ਼ਰੂਰੀ ਹੈ, ਅਤੇ ਜੇਕਰ ਤਿਆਗ ਨਾ ਹੋਵੇਗਾ ਜਿਹੜੀ ਚੀਜ਼ ਮਨੁੱਖ ਦੀ ਲੱਖ ਰੁਪਏ ਦੀ ਲੈਣੀ ਹੈ ਅਤੇ ਆਮਦਨ ਸਾਡੀ 10,000 ਰੁਪਏ, ਅਤੇ ਫਿਰ ਮਨੁੱਖ ਨੇ ਮਰਨਾ ਹੀ ਹੈ। ਗੁਰੂ ਅਤੇ ਪਾਤਸ਼ਾਹ ਨੇ ਕੱਲ੍ਹ ਵੀ ਆਪਣਾ ਸਰਵਣ ਕਰਿਆ, ਵੱਖ ਵੱਖ ਵਿਚਾਰੇ ਸੋ ਬੰਦਾ ਵੱਖ ਵੱਖ ਦੇ ਵਿੱਚ ਵਿਚਰਨਾ ਸ਼ੁਰੂ ਕਰੀਏ, ਸਮੇਂ ਦੀ ਨਜ਼ਾਕਤ ਨੂੰ ਸਮਝੀਏ। ਸਮਾਂ ਕੀ ਕਹਿ ਰਿਹਾ ਹੈ ਕਿ ਜਿਹੜਾ ਬੰਦਾ ਸਮੇਂ ਦੇ ਨਾਲ ਚੱਲੇਗਾ ਉਹੀ ਮਨੁੱਖ ਇਹ ਜ਼ਿੰਦਗੀ ਦੇ ਸੰਘਰਸ਼ ਦੇ ਵਿੱਚ ਆਪਣੇ ਨਿਸ਼ਾਨੇ, ਆਪਣੇ ਮੰਜ਼ਿਲ ਔਰ ਆਪਣੇ ਆਪ ਨੂੰ ਇਸ ਜ਼ਿੰਦਗੀ ਦੇ ਸੰਘਰਸ਼ ਦੇ ਉੱਪਰ ਜਿੱਤ ਪ੍ਰਾਪਤ ਕਰ ਲਵੇਗਾ। ਜਗਿਆ ਉਹ ਸਤਨਾਮ। ਇਹ ਦੁਨਿਆਵੀ ਗੱਲਾਂ ਨੇ, ਇਹ ਸਾਨੂੰ ਸਭਨਾਂ ਨੂੰ ਪਤਾ ਹੈ, ਸਾਰੇ ਅੱਜ ਕੱਲ੍ਹ ਦੁਨੀਆ ਦੇ ਵਿੱਚ ਨੇ, ਹਰ ਇੱਕ ਕੋਲੇ ਸੋਸ਼ਲ ਮੀਡੀਆ ਹੈ, ਹਰ ਇੱਕ ਕੋਲੇ ਨੈਟਵਰਕਿੰਗ ਹੈ, ਹਰ ਇੱਕ ਮਨੁੱਖ ਨੂੰ ਪਤਾ ਹੈ ਅੱਜ ਦੇਸ਼ ਵਿਦੇਸ਼ਾਂ ਦੇ ਵਿੱਚ ਕੀ ਹੋ ਰਿਹਾ ਹੈ, ਕੌਣ ਵਪਾਰਕ ਟੀਚਿਆਂ ਦੇ ਵਿੱਚ ਕਿਹਦੀ ਘਾਟ ਹੋ ਰਹੀ ਹੈ, ਕਿਹਨੂੰ ਵਾਧ ਹੋ ਰਿਹਾ ਹੈ, ਸਭ ਪਤਾ ਹੈ। ਪਰ ਜੇਕਰ ਅਸੀਂ ਗੁਰੂ ਇਤਿਹਾਸ, ਗੁਰੂ ਸਿਧਾਂਤ ਦੇਖੀਏ ਨਾ, ਤਾਂ ਕਿੱਡੇ ਕਿੱਡੇ ਘਾਟੇ ਸਹੇ ਨੇ ਸਾਡੇ ਗੁਰੂਆਂ ਨੇ। ਬਾਦਸ਼ਾਹੀ ਰੂਪ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਬੈਠੇ ਹਨ ਇੱਕ ਪਾਸੇ, ਅਤੇ ਨਾਲ ਦੀ ਨਾਲ ਦੂਜਾ ਦਿਨ ਪਾਤਸ਼ਾਹ ਮਾਛੀਵਾੜੇ ਜੰਗਲਾਂ ਦੇ ਵਿੱਚ ਹੁੰਦੇ ਨੇ। ਗੱਜਰੀਆ ਉਸ ਦਿਨ ਇੱਕ ਪਾਸੇ ਮਖਮੀ ਸੇਜ 'ਤੇ ਬੈਠੇ ਹਨ, ਦੂਜੇ ਦਿਨ 'ਤੇ ਥੋੜ੍ਹੇ ਦਿਨਾਂ ਬਾਅਦ ਹੀ ਪਾਤਸ਼ਾਹ ਦਾ ਚੋਲਾ ਵੀ ਪਾਟਿਆ ਹੁੰਦਾ ਹੈ, ਅਤੇ ਪੈਰਾਂ ਦੇ ਵਿੱਚ, ਚਰਨਾਂ ਦੇ ਵਿੱਚ ਕੰਡੇ ਵੀ ਹੁੰਦੇ ਹਨ ਪਾਤਸ਼ਾਹ ਦੇ। ਗੱਜਰੀਆ ਉਸ ਦਿਨ ਅਤੇ ਕੰਡੇ ਵੀ ਇੰਨੇ ਹੁੰਦੇ ਹਨ ਕਿ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ, ਗੁਲਾਬਾ ਅਤੇ ਪੰਜਾਬਾ ਚੱਕ ਕੇ ਲੈ ਕੇ ਜਾਂਦੇ ਹਨ ਪਾਤਸ਼ਾਹ ਨੂੰ। ਬਚ ਗਿਆ ਉਸ ਐਸਾ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਦੱਸੇ ਪਾਤਸ਼ਾਹੀਆਂ ਦੀ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ 'ਤੇ ਕਿਰਪਾ ਕਰਨ, ਕੌਮ ਦੇ ਉੱਪਰ ਕਿਰਪਾ ਕਰਨ, ਸੰਸਾਰ ਦੇ ਉੱਪਰ ਕਿਰਪਾ ਕਰਨ, ਸਾਨੂੰ ਜ਼ਿੰਦਗੀ ਦੇ ਸੰਘਰਸ਼ ਦੇ ਵਿੱਚ ਇਹ ਵਿਖੜੇ ਪੈਣਿਆਂ ਦੇ ਉੱਪਰ ਅਸੀਂ ਚੱਲਣਾ ਸਿੱਖ ਲਈਏ। ਗੁਰੂ ਸਵਰੀ ਸਾਹਿਬ ਸਿੰਘ ਜੀ ਚਾਹੁੰਦਾ ਉਹ ਮੰਨਿਆ ਜਾਂਦਾ ਹੈ ਜਿਹੜਾ ਮਨੁੱਖ ਜ਼ਿੰਦਗੀ ਨਾਲ ਲੜਨਾ ਸਿੱਖ ਲਵੇਗਾ। ਜਗੇ ਆਪੋ ਸਤਨਾਮ, ਨਹੀਂ ਤਾਂ ਮਰੀਆਂ ਲਾਸ਼ਾਂ ਵਰਗੇ ਬਥੇਰੇ ਤੁਰੇ ਫਿਰਦੇ ਨੇ ਇੱਥੇ। ਗੱਜਕੇ ਆਪੋ ਸਤਨਾਮ। ਪਰ ਪਾਤਸ਼ਾਹ ਕਹਿੰਦੇ ਅਣਖ ਗੈਰਤ ਜ਼ਮੀਰ ਨਾਲ। ਹੁਣ ਕਈ ਵਾਰ ਸਾਡਾ ਪ੍ਰਚਾਰਕ ਜਿਹੜਾ ਜਮਾਤ ਹੈ ਨਾ, ਖਾਸ ਕਰ ਜਿਵੇਂ ਰਾਗੀ ਗ੍ਰੰਥੀ ਸਿੰਘ ਢਾਡੀ ਸਿੰਘ ਜਾਂ ਉਹ ਗੁਰੂ ਰੂਪ ਗੁਰਸਵਾਰੀ ਸਾਹਿਬ ਸਿੰਘ ਜੀ, ਸਿੱਖ ਜਮਾਤ ਦੇ ਵਿੱਚ ਜਿਹੜਾ ਬੰਦਾ ਪ੍ਰਚਾਰਕ ਲੈਣ ਦੇ ਵਿੱਚ ਆਉਂਦੇ ਨੇ, ਜਾਂ ਤਾਂ ਉਹ ਇਹ ਸੋਚ ਕੇ ਆ ਵੀ ਸੰਘਰਸ਼ ਨਹੀਂ ਲੈਣ, ਇੱਥੇ ਤੁਹਾਡੀਆਂ ਐਸ਼ਾਂ ਨਹੀਂ ਪੂਰੀਆਂ ਹੋਣੀਆਂ, ਜਾਂ ਤਾਂ ਤੁਸੀਂ ਇਤਿਹਾਸ ਦੇ ਨਾਲ ਆਪਣਾ ਜੀਵਨ ਵੀ ਲਾ ਕੇ ਲਗਾ ਲਓ, ਅਤੇ ਜੇਕਰ ਤੁਸੀਂ ਆਪਣੇ ਦੁਨਿਆਵੀ ਐਸ਼ਾਂ ਪੂਰੀਆਂ ਕਰਨੀਆਂ ਤਾਂ ਹੋਰ ਬੜੇ ਕੰਮ ਨੇ, ਫਿਰ ਉਹ ਕਰ ਲਵੋ, ਜਾਂ ਤਾਂ ਫਿਰ ਲਾਮਾ ਨਾ ਦਿਓ ਪਾਤਸ਼ਾਹ ਨੂੰ, ਪਾਤਸ਼ਾਹ ਅਸੀਂ ਕੀਰਤਨ ਕਰਦੇ ਤਾਂ ਸਾਡੀਆਂ ਐਸ਼ਾਂ ਨਹੀਂ ਪੂਰੀਆਂ ਹੁੰਦੀਆਂ। ਗੱਜ ਗਿਆ ਆਪੋ ਸਤਨਾਮ। ਇਹ ਤਾਂ ਰਹਿਣਾ ਪੈਣਾ ਹੈ ਜਿਵੇਂ ਕਾਲ ਪੁਰਖ ਰੱਖਦਾ ਹੈ। ਬਾਕੀ ਗੁਰੂ ਰੂਪ ਗੁਰੂਸਵਾਰੀ ਸਾਹਿਬ ਸਿੰਘ ਦੀ ਸ਼ਬਦ ਦਾ ਕੋਈ ਮੁੱਲ ਨਹੀਂ, ਸ਼ਬਦ ਬੜਾ ਅਨਮੋਲ ਹੈ। ਕਈ ਮਨੁੱਖ ਆਖ ਦਿੰਦੇ ਹਨ ਵੀ ਸ਼ਬਦ ਨੂੰ ਤੁਸੀਂ ਵੇਚ ਦੇ, ਨਾ ਤਾਂ ਸ਼ਬਦ ਅਸੀਂ ਵੇਚਣ ਯੋਗ ਹੋਏ ਹਾਂ ਅਤੇ ਨਾ ਸ਼ਬਦ ਨੂੰ ਤੁਸੀਂ ਖਰੀਦਣ ਵਾਲੇ ਹੋਏ ਹੋ। ਗੱਜ ਗਿਆ ਆਪੋ ਸਤਨਾਮ। ਕੀਰਤਨ ਨਿਰਮੋਲਕ ਹੀਰਾ ਆਤਮਿਕ ਹੀਰਾ, ਇਹ ਤਾਂ ਜਿੰਨੀ ਵੀ ਦਾਤ ਹੈ ਨਾ ਪਾਤਸ਼ਾਹ ਨੇ ਦਿੱਤੀ ਹੈ, ਇਹ ਕਰਮ ਅਤੇ ਇਹ ਗੁਣ ਵੀ ਉਹਦੇ ਹਿੱਸੇ ਆਉਂਦਾ ਹੈ ਜਿਹਨੇ ਪਾਤਸ਼ਾਹ ਨੇ ਚੁਣਿਆ ਹੈ। ਸੰਸਾਰ ਦੇ ਉੱਪਰ ਹੋਰ ਬੜੇ ਲੋਕ ਤੁਰੇ ਫਿਰਦੇ ਹਨ, ਪਰ ਜਿਹੜਾ ਗੁਰੂ ਦੀ ਹਜ਼ੂਰੀ ਦੇ ਵਿੱਚ ਆਉਂਦਾ ਹੈ ਉਹ ਵੱਡਿਆਂ ਭਾਗਾਂ ਵਾਲਾ ਹੁੰਦਾ ਹੈ। ਪਿੰਡ ਭਾਗਾਂ ਸਤਸੰਗ ਨਾਲ ਲੱਭਦਾ, ਪਿੰਡ ਸੰਗਤ ਮੈਲ ਜੀ, ਉਹ ਨਗਰ ਦਾ ਹੋਰ ਵੀ ਬੜਾ ਵੱਡਾ ਹੈ, ਪਰ ਤੁਹਾਡੇ ਵੱਡੇ ਭਾਗ ਹਨ, ਤੁਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਗੁਰੂ ਦੀ ਖੁਸ਼ੀਆਂ ਦੇ ਪਾਤਰ ਬਣ ਰਹੇ ਹੋ। ਪਾਤਸ਼ਾਹ ਅੱਗੇ ਅਰਦਾਸ ਹੈ, ਪਾਤਸ਼ਾਹ ਅੱਗੇ ਬੇਨਤੀ ਹੈ, ਮੇਰੇ ਮਾਲਕ ਹੈ, ਮੇਰੇ ਗਰੀਬ ਨਵਾਜ਼ ਪਾਤਸ਼ਾਹ, ਸਾਰੀਆਂ ਸੰਗਤਾਂ ਦੀਆਂ ਮਨੋ ਮਨੋਕਾਮਨਾਵਾਂ ਮਨੋ ਭਾਵਨਾਵਾਂ ਸੰਪੂਰਨ ਕਰਨੀਆਂ,
ਬੱਚਿਆਂ ਨੂੰ ਵਿੱਦਿਆ ਦਾਨ ਜੀਵਨ ਦਾਨ ਨਗਰ ਦੇ ਵਿੱਚ ਆਪਸੀ ਭਾਈਚਾਰਕ ਸਾਂ ਏਕਤਾ ਇਤਫਾਕ ਆਪਸੀ ਪਿਆਰ ਮਿਲਵਰਤਨ ਬਣਿਆ ਰਹੇ ਆਪ ਸਭਨਾਂ ਦੇ ਕਾਰੋਬਾਰਾਂ ਦੇ ਵਿੱਚ ਦਿਨ ਦੁੱਗਣੀ ਰਾਤ ਚੌਕਣੀ ਤਰੱਕੀ ਹੋਵੇ ਇਸੇ ਤਰ੍ਹਾਂ ਗੁਰੂ ਘਰ ਦੀ ਹਾਜ਼ਰੀ ਨਾਲ ਗੁਰੂ ਘਰ ਦੇ ਪਿਆਰ ਨਾਲ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੰਵਾਰਦੇ ਰਹੀਏ ਕਿਉਂਕਿ ਹਮ ਆਦਮੀ ਹਾਂ ਇੱਕ ਦਿਲ ਇੱਕ ਦਮ ਦਾ ਭਰੋਸਾ ਨਹੀਂ ਮਨੁੱਖ ਨੇ ਅਗਲਾ ਸਾਹ ਲੈਣਾ ਏ ਜਾਂ ਨਾ ਲੈਣਾ ਏ ਉਹ ਉਸ ਅਕਾਲ ਪੁਰਖ ਦੇ ਹੱਥ ਹੈ ਕਿਉਂਕਿ ਡੋਰੀ ਸਾਡੀ ਉਹਦੇ ਹੱਥ ਹੈ ਪ੍ਰਭ ਡੋਰੀ ਹੱਥ ਤੁਮਾਰੀ ਹੈ ਅਤੇ ਜਿਹਦੇ ਨਾਲ ਅਕਾਲ ਪੁਰਖ ਹੋ ਗਿਆ ਨਾ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਮਿੰਗਾ ਹੋਆ ਇਹ ਦੁਨੀਆਂ ਦੀਆਂ ਵਸਤਾਂ ਬੜੀਆਂ ਥੋੜ੍ਹੀਆਂ ਨੇ ਅਕਾਲ ਪੁਰਖ ਦੇ ਘਰ ਦੀ ਅਜਮਤ ਹੈ ਉਹ ਬੜੀ ਵੱਡੀ ਹੈ ਸੋ ਗੁਰੂ ਸਵਾਰੀ ਸਾਹਿਬ ਸੰਗਤ ਜੀ ਜ਼ਰੂਰ ਗੁਰੂ ਦੀ ਹਜ਼ੂਰੀ ਦੇ ਵਿੱਚ ਦੋਵੇਂ ਸਮੇਂ ਆ ਕੇ ਸਤਿਗੁਰਾਂ ਦੇ ਪਾਵਨ ਸ਼ਬਦ ਨਾਲ ਬਾਣੀ ਨਾਲ ਪਾਵਨ ਇਤਿਹਾਸ ਨਾਲ ਜੁੜ ਕਰਕੇ ਆਪੋ ਆਪਣੇ ਜੀਵਨ ਨੂੰ ਸੰਵਾਰੀਏ ਔਰ ਸਤਿਗੁਰਾਂ ਦੀਆਂ ਖੁਸ਼ੀਆਂ ਲਈਏ ਜਿੰਨ ਪ੍ਰੇਮ ਕੀਓ ਤਿੰਨ ਨਹੀਂ ਪ੍ਰਭ ਪਾਇਓ ਜਿੰਨ ਪ੍ਰੇਮ ਕੀਓ ਤਿੰਨ ਨਹੀਂ ਪ੍ਰਭ ਸੱਚ ਕਹੂੰ ਸੁਣ ਲੇ ਹੌਸਲੇ ਸੁਣ ਲੇ ਹੌਸਲੇ ਜਿੰਨ ਪ੍ਰੇਮ ਕੀਓ ਪ੍ਰਭ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾ ਤਿੰਨ ਹੀ ਪ੍ਰਭ ਪਾ ਤਿੰਨ ਹੀ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਰਾਮ ਹਰ ਆਸ਼ ਦੋਸਤ ਹਰ ਮਾਰਿਆ ਜਾਤ ਮੈਂ ਜੋਤ ਮੈਂ ਜਾਤਾ ਕਲੰਗਲਾ ਭਰਪੂਰ ਆ ਤੂੰ ਸੱਚਾ ਸਾਹਿਬ ਸਿਖ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹਾ ਨਾਨਕ ਕਰਦੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰਾ ਦਾ ਸਮਾਲਾ ਪਹਿਲਾ ਇੱਕ ਓਂਕਾਰ ਸਤਿ ਪ੍ਰਸਾਦ ਸੋ ਦਰ ਤੇਰਾ ਕੀਆ ਸੋ ਘਰ ਕੀਆ ਜਿਤ ਬਹਿ ਸਰਬ ਸਮਾਲ ਵਜ ਤੇਰੇ ਨਾਲ ਅਨੇਕ ਕਿਤ ਤੇਰੇ ਵਾਵਣ ਹਾਰ ਕਿਤ ਤੇਰੇ ਰਾਤ ਪਰੀ ਸੋਣੀਆ ਕਿਤ ਤੇਰੇ ਗਾਵਣ ਹਾਰ ਗਮ ਤੁਲ ਪਵਨ ਪਾਣੀ ਵੈ ਗਾਵੇ ਰਜ ਧਰਮ ਦੁਆਰ ਗਮ ਤੁਲ ਚੇਤ ਹਾਂ ਲਿਖ ਲਿਖ ਧਰਮ ਵਿਚਾਰ ਗਮ ਤੁਲ ਈਸ਼ਰ ਬ੍ਰਹਮਾ ਸੁਣ ਤੇਰੇ ਸਦਾ ਸਵਾਰ ਗਮ ਤੁਲ ਇੰਦਰ ਜਰਾਸਨ ਦੇਵਤਿਆਂ ਦਰ ਨਾਲ ਗਮ ਤੁਨ ਸਿੱਧ ਸਮਾਧੀ ਅੰਦਰ ਗਮ ਤੁਨ ਸਾਰ ਜਤੀ ਸਤਿ
ਬਾਪੂ ਨਵੀਰ ਕਰਾਰ ਗੌਤਮ ਪੰਡਿਤ ਪੜਨ ਕੇਸਰ ਚੁੱਪ ਚੁੱਪ ਵੇਲਾ ਸੁਰਗ ਮਾਛ ਪਿਆਲ ਗੌਤਮ ਰਤਨੇ ਉਪਾਏ ਤੇਰੇ ਅੱਠ ਸੱਠ ਤੀਰਥ ਨਾਲ ਗੌਤਮ ਜੋਤ ਮਹਾਬਲ ਗੌਤਮ ਖਾਣੀ ਚਾਰ ਗੌਤਮ ਖੰਡ ਮੰਡਲ ਤਹਿ ਮੰਡਾ ਕਰ ਕਰ ਰੱਖਦੇ ਤੇਰੇ ਭਗਤ ਰਸਾਲ ਹੋਰ ਵਿੱਚ ਤੁਨੋਂ ਗਾਮ ਸਿਮ ਜਤਨ ਆਵਨਾ ਨਾਨਕ ਕਿਆ ਸਾਚਾ ਸਾਚੀ ਨਾਈ ਹੈ ਹੋਸੀ ਜਾਏ ਨਜਾਸੀ ਰਚਨਾ ਦੇ ਨਰਚਾਇ ਰਗਿਰ ਕੇ ਭਾਤੀ ਕਰ ਕਰ ਜਿਨਸੀ ਮਾਇਆ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ।